ਹਰ ਦੇ ਸ਼ਬਦ ਰਾਹੀਂ ਆਪਾਂ ਨੂੰ ਕਿਉਂ ਦੱਸਦਾ ਜਗਨ ਕੀਤਾ ਬੜੇ ਪਿਆਰ ਦਾ ਸਮਾਂ ਤਿੰਨਾ ਲੋਕਾਂ ਨੂੰ ਮਾਇਆ ਨੇ ਪ੍ਰਭੂ ਖਾ ਲਿਆ ਚਰਨਾ ਦਾ ਨਹੀਂ ਆਸਰਾ ਮਨਾਈ ਅੱਜ ਵਜੇ
ਸਭ ਜਗ ਲੁੱਟਿਆ ਹਮ ਤੋਂ ਏਕ ਰਾਮ ਕਹਿ ਛੁਟਿਆ। ਕਹਿੰਦੇ ਇਸ ਮਾਇਆ ਨੇ ਸਾਰਾ ਜਗ ਲੁੱਟਿਆ ਪਿਆ, ਪਰ ਮਾਇਆ ਦਾ ਕੋਈ ਇੱਕ ਰੂਪ ਨਹੀਂ ਹੈ ਸਤਿਸੰਗਤ, ਕੇਵਲ ਪੈਸਾ ਮਾਇਆ ਨਹੀਂ ਹੈ। ਜਿਹੜੀ ਚੀਜ਼ ਰੱਬ ਦੇ ਰਾਹ ਦੇ ਵਿੱਚ ਰੁਕਾਵਟ ਬਣਦੀ ਹੈ ਨਾ, ਪਰਮਾਤਮਾ ਨੂੰ ਮਿਲਣ ਵਿੱਚ ਜਿਹੜੀ ਚੀਜ਼ ਵੀ ਰੁਕਾਵਟ ਪਾਉਂਦੀ ਹੈ, ਸਾਡੇ ਗੁਰੂਆਂ ਨੇ ਬਾਣੀ ਵਿੱਚ ਉਸ ਨੂੰ ਮਾਇਆ ਦਾ ਰੂਪ ਦਿੱਤਾ, ਮਾਇਆ ਦਾ ਨਾਮ ਦਿੱਤਾ। ਚਾਹੇ ਉਹ ਪਰਿਵਾਰ ਕਿਉਂ ਨਾ ਹੋਵੇ ਸਕਦਾ, ਚਾਹੇ ਸਾਡੇ ਸਰੀਰ ਹੀ ਕਿਉਂ ਨਾ ਹੋਵੇ, ਜਿਹੜਾ ਰੱਬ ਦੀ ਵਾਧਾ ਵਿੱਚ, ਰੱਬ ਦੇ ਮਿਲਣ ਵਿੱਚ ਵਾਧਾ ਖੜੀ ਕਰਦਾ ਹੈ, ਉਹ ਮਾਇਆ ਰੂਪ ਹੈ। ਖੈਰ, ਸਤਸੰਗਤ ਸਤਿਗੁਰ ਅਰਦਾਸ ਮਹਾਰਾਜ ਜੀ ਨੇ ਇਹ ਸੰਸਾਰ ਦੀ ਜਿਹੜੀ ਹਾਲਾਤ ਸੀ ਉਸ ਨੂੰ ਤੱਕਿਆ, ਇਹ ਦੁਨੀਆਂ ਦੇ ਲੋਕ ਲੋਭ ਲਾਲਚ ਦੇ ਅੰਦਰ ਇਤਨੇ ਗ੍ਰਸੇ ਗਏ ਹਨ ਕਿ ਮਨੁੱਖਤਾ ਜਾਂ ਮਨੁੱਖਤਾ ਦੇ ਨਾਲ ਵੈਰ ਬਣ ਗਿਆ ਹੈ, ਇੱਕ ਦੂਜੇ ਨਾਲ ਇਤਨੀ ਦੁਸ਼ਮਣੀ ਪਾ ਕੇ ਬੈਠੇ ਨੇ ਲੋਕ, ਵੱਡਿਆਂ ਵਰਨਾਂ ਵਾਲੇ ਛੋਟਿਆਂ ਵਰਨਾਂ ਵਾਲਿਆਂ ਨੂੰ ਦੇਖ ਕੇ ਰਾਜ਼ੀ ਨਹੀਂ ਹਨ। ਉਹ ਚਾਹੁੰਦੇ ਨੇ ਕਿ ਇਹ ਸਾਡੀਆਂ ਅੱਖਾਂ ਤੋਂ ਵੀ ਦੂਰ ਰਹਿਣ। ਇਤਨੀ ਨਫ਼ਰਤ, ਇਤਨੀ ਘਰਨਾ ਜਦੋਂ ਦੇਖੀ ਨਾ ਗੁਰੂ ਸਾਹਿਬ ਜੀ ਨੇ, ਮਹਾਰਾਜ ਨੇ ਮਨੁੱਖਤਾ ਨੂੰ ਸਮਝਾਉਣਾ ਸ਼ੁਰੂ ਕੀਤਾ। ਕਹਿਣ ਲੱਗੇ, ਦੁਨੀਆਂ ਦੇ ਲੋਕੋ, ਸਾਡੇ ਅੰਦਰ ਇਹ ਦੁਵੈਸ਼, ਈਰਖਾ, ਵੈਰ, ਵਿਰੋਧ ਜਿਹੜੀ ਇਤਨਾ ਵੱਡਾ ਘਰ ਘਰ ਬੈਠੀ ਹੈ, ਜਿੰਨਾ ਚਿਰ ਇਹ ਨਹੀਂ ਨਿਕਲਦੀ ਉਹਨਾਂ ਚਿਰ ਸਾਡਾ ਪਾਰ ਉਤਾਰਾ ਹੋਣਾ ਬੜਾ ਔਖਾ ਹੈ। ਮਹਾਰਾਜ ਜੀ ਨੇ ਮਨੁੱਖਤਾ ਨੂੰ ਸਮਝਾਉਣਾ ਕੀਤਾ ਕਿ ਪਰਮਾਤਮਾ ਰੱਬ ਕਿਸੇ ਮੰਦਰਾਂ ਵਿੱਚ ਕੈਦ ਕਰਕੇ ਰੱਖੀ ਹੋਈ ਅਸਤੀ ਨਹੀਂ ਹੈ, ਉਹ ਘਰ ਘਰ ਵਿੱਚ ਵਸਿਆ ਹੋਇਆ ਹੈ, ਹਰ ਇੱਕ ਥਾਂ 'ਤੇ ਉਸੇ ਦਾ ਨਿਵਾਸਾ ਹੈ, ਉਹ ਹਰ ਜਗ੍ਹਾ 'ਤੇ ਬੈਠਾ ਹੈ, ਹਰ ਜਗ੍ਹਾ 'ਤੇ ਭਰਪੂਰ ਹੈ। ਔਰ ਸਤਸੰਗਤ ਜੀ, ਬੜੇ ਸੋਹਣੇ ਢੰਗ ਦੇ ਨਾਲ ਗੁਰੂ ਸਾਹਿਬ ਜੀ ਮਹਾਰਾਜ ਨੇ ਮਨੁੱਖਤਾ ਨੂੰ ਸਮਝਾਉਣਾ ਕੀਤਾ। ਕਹਿਣ ਲੱਗੇ, ਪਰਮਾਤਮਾ ਨੂੰ ਮਿਲਣਾ ਹੈ, ਜਿੰਨਾ ਚਿਰ ਸਾਡੇ ਅੰਦਰ ਭਜਨ ਬੰਦਗੀ ਨਹੀਂ ਆਉਂਦੀ, ਜਿੰਨਾ ਚਿਰ ਅਸੀਂ ਰੱਬ ਦੀ ਇਬਾਦਤ ਵੱਲ ਨਹੀਂ ਜੁੜਦੇ, ਉਹਨਾਂ ਚਿਰ ਸਾਡੇ ਜੀਵਨ ਦੇ ਵਿੱਚ ਤਰੱਕੀ ਨਹੀਂ ਆ ਸਕਦੀ, ਸਾਡੀ ਸੋਚ ਚੰਗੀ ਨਹੀਂ ਬਣ ਸਕਦੀ, ਸਾਡੇ ਜੀਵਨ ਦਾ ਜਿਹੜਾ ਢੰਗ ਤਰੀਕਾ ਹੈ ਉਹ ਵਧੀਆ ਨਹੀਂ ਬਣ ਸਕਦਾ। ਮਨੁੱਖਤਾ ਦੇ ਲੋਕਾਂ ਨੇ ਫਿਰ ਪੁੱਛਣਾ ਕੀਤਾ, ਕਹਿਣ ਲੱਗੇ, ਮਹਾਰਾਜ ਤੁਸੀਂ ਭਗਤੀ ਦੀ ਗੱਲ ਕਰਦੇ ਹੋ, ਸਾਡੇ ਉੱਤੇ ਤਾਂ ਕਾਨੂੰਨ ਲਾਗੂ ਨੇ, ਅਸੀਂ ਕਿਸੇ ਮੰਦਰ 'ਚ ਨਹੀਂ ਵੜ ਸਕਦੇ, ਕਿਸੇ ਧਾਰਮਿਕ ਗ੍ਰੰਥ ਸ਼ਾਸਤਰ ਨੂੰ ਅਸੀਂ ਪੜ੍ਹ ਨਹੀਂ ਸਕਦੇ, ਸੁਣ ਨਹੀਂ ਸਕਦੇ, ਕੋਈ ਧਰਮ ਦਾ ਅਸੀਂ ਕਰਮ ਨਹੀਂ ਕਰ ਸਕਦੇ, ਤੇ ਸਾਡੇ 'ਤੇ ਤਾਂ ਇੱਦਾਂ ਦੇ ਕਾਨੂੰਨ ਲਾਗੂ ਨੇ, ਤੇ ਤੁਸੀਂ ਕਹਿੰਦੇ ਰੱਬ ਦੀ ਭਗਤੀ, ਇਹ ਕਿਵੇਂ ਹੋ ਸਕਦਾ ਹੈ? ਮਹਾਰਾਜ ਨੇ ਸਮਝਾਉਣਾ ਕੀਤਾ, ਦੁਨੀਆਂ ਦੇ ਲੋਕੋ, ਪਰਮ ਪਰਮਾਤਮਾ ਮੰਦਰਾਂ ਵਿੱਚ ਕੈਦ ਕਰਕੇ ਰੱਖਣ ਵਾਲੀ ਚੀਜ਼ ਨਹੀਂ ਹੈ, ਉਹ ਆਜ਼ਾਦ ਹਸਤੀ ਹੈ, ਉਹ ਘੱਟ ਘੱਟ ਵਿੱਚ ਰਮਿਆ ਹੋਇਆ ਹਰ ਥਾਵਾਂ 'ਤੇ ਰਹਿਣ ਵਾਲਾ ਹੈ, ਉਸ ਤੋਂ ਬਿਨਾਂ ਕੋਈ ਜਗ੍ਹਾ ਹੀ ਨਹੀਂ ਕਿ ਜਿੱਥੇ ਉਸਦਾ ਨਿਵਾਸ ਨਹੀਂ ਹੈ। ਤਾਂ ਸਤਿਗੁਰੂ ਜੀ ਮਹਾਰਾਜ ਨੇ ਸਾਨੂੰ ਸਾਧ ਸੰਗਤ ਜੀ ਉਸ ਰੱਬ ਵੱਲ ਨੂੰ ਜੋੜਦਿਆਂ ਹੋਇਆਂ ਨੇ ਫਿਰ ਸਮਝਾਉਣਾ ਕੀਤਾ ਕਿ ਇਹ ਜੀਵ ਪਰਮਾਤਮਾ ਨੂੰ ਮਿਲਣਾ ਹੈ, ਉਹਨੂੰ ਮੰਦਰਾਂ ਵਿੱਚ ਜਾ ਕੇ ਨਹੀਂ ਮਿਲਿਆ ਜਾਂਦਾ, ਉਹਦੇ ਵਾਸਤੇ ਕੋਈ ਵਿਸ਼ੇਸ਼ ਥਾਂ ਦੀ ਲੋੜ ਨਹੀਂ ਹੈ। ਗੁਰਬਾਣੀ ਦੇ ਵਿੱਚ ਗੁਰੂਆਂ ਨੇ ਫਰਮਾਇਆ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਮੈਂ ਬੇਨਤੀ ਕਰਾਂ ਸੰਗਤ ਦੇ ਚਰਨਾਂ ਵਿੱਚ, ਖਾਸ ਤੌਰ 'ਤੇ ਭੈਣਾਂ ਬੀਬੀਆਂ ਨੂੰ, ਬੀਬੀਓ ਆਪਣੀਆਂ ਗੱਲਾਂ ਬੰਦ ਕਰ ਦਿਓ, ਜਿੰਨਾ ਕੁ ਟਾਈਮ ਸੰਗਤ ਵਿੱਚ ਬਹਿਣਾ ਨਾ ਗੁਰੂ ਦੀ ਗੱਲ ਨੂੰ ਸੁਣੋ, ਆਪਣੀਆਂ ਗੱਲਾਂ ਨਹੀਂ ਕਿਸੇ ਨੇ ਵੀ ਕਰਨੀਆਂ। ਜਿਹੜਾ ਆਉਂਦੀ ਹੈ ਨਵੀਂ ਸੰਗਤ, ਜਿੱਥੇ ਜਿੱਥੇ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਮੱਥਾ ਟੇਕ ਕੇ ਬੈਠੀ ਜਾਣ, ਅੱਗੇ ਵੀ ਤੂੰ ਅੱਗੇ ਨੂੰ ਆ ਜਾ ਤੇ ਇੱਥੋਂ ਕਬੀਰ ਥੋੜ੍ਹੇ ਜਿਹੇ ਇੱਧਰ ਪਾਸੇ ਆ ਜਾਓ, ਇੱਧਰ ਹੋਰ ਜਗ੍ਹਾ ਬਣਾ ਦਿਓ, ਮਾਈਆਂ ਇੱਧਰ ਬਹਿ ਜਾਣਗੀਆਂ, ਆਪ ਹੀ ਥੋੜ੍ਹਾ ਜਿਹਾ ਅੱਗੇ ਦੇਖ ਕੇ ਐਡਜਸਟ ਕਰ ਲਈਦਾ ਹੁੰਦਾ। ਖੈਰ ਰਹੋ ਵਿਚਾਰ, ਪ੍ਰੇਮ ਨਾਲ ਆਖੋ ਜੀ ਸਤਨਾਮ। ਸਤਿਗੁਰੂ ਮਹਾਰਾਜ ਜੀ ਨੇ ਦੱਸਣਾ ਕੀਤਾ ਕਿ ਰੱਬ ਨੂੰ ਪਾਉਣ ਵਾਸਤੇ ਕਿਸੇ ਸਮੱਗਰੀ ਦੀ ਲੋੜ ਨਹੀਂ ਹੈ, ਕਿਸੇ ਪੂਜਾ ਅਰਚਾ ਦੇ ਸਮਾਨ ਦੀ ਲੋੜ ਨਹੀਂ ਹੈ। ਜਿਸ ਰੱਬ ਨੂੰ ਸਿਮਰਨਾ, ਉਹਨੂੰ ਪਾਉਣਾ, ਉਹ ਸਿਮਰਨ ਨਾਲ ਮਿਲਣਾ, ਉਹਦੇ ਵਾਸਤੇ ਇੱਕ ਚੀਜ਼ ਦੀ ਲੋੜ ਹੈ ਕਿ ਜਿਹੜਾ ਮਨ ਹੈ ਨਾ, ਇਹਦੇ ਅੰਦਰੋਂ ਮਾਣ ਨੂੰ ਕੱਢਣਾ ਪੈਣਾ। ਜਿੱਦਾਂ ਇਹ ਮਨ ਨੀਵਾਂ ਹੋ ਗਿਆ, ਸਮਝ ਲੈਣਾ ਸਾਨੂੰ ਪਰਮਾਤਮਾ ਮਿਲ ਗਿਆ, ਇਹਨਾਂ ਬੱਚਿਆਂ ਨੂੰ ਪਾਗਲ ਕਿਉਂਕਿ ਉਹ ਜੇ ਰੌਲਾ ਪੈਂਦਾ ਤਾਂ ਅਸੀਂ ਸਮਾਪਤੀ ਕਰ ਦੇਣੀ, ਫਿਰ ਤੁਸੀਂ ਗੱਲਾਂ ਕਰ ਲਿਓ। ਕੀ ਅਸੀਂ ਅੱਧਾ ਘੰਟਾ ਵੀ ਗੁਰੂ ਚਰਨਾਂ ਵਿੱਚ ਟਿਕ ਕੇ ਨਹੀਂ ਬਹਿ ਸਕਦੇ ਜੀ? ਹੈਂ,
ਕਿਹੜੀ ਐਡੀ ਕਬੀਰ ਦਾਰੀ ਦੀ ਖਾਸ ਗੱਲ ਹੈ ਜਿਹੜੀ ਆਪਾਂ ਇੱਥੇ ਆ ਕੇ ਕਰਨੀ ਹੁੰਦੀ ਹੈ। ਅੱਧਾ ਘੰਟਾ ਹੱਦ ਹੋ ਗਈ। ਜਿਸ ਗੁਰੂ ਨੇ ਸਾਰੀ ਜ਼ਿੰਦਗੀ ਸਾਡੇ ਲੇਖੇ ਲਾ ਦਿੱਤੀ, ਅੱਜ ਉਸ ਗੁਰੂ ਦੀ ਗੱਲ ਸੁਣਨ ਵਾਸਤੇ ਸਾਡੇ ਕੋਲ ਅੱਧਾ ਘੰਟਾ ਵੀ ਚੁੱਪ ਕਰਕੇ ਬੈਠਣ ਦਾ ਟਾਈਮ ਨਹੀਂ। ਸਾਨੂੰ ਗੁਰੂ ਨਾਲ ਪਿਆਰ ਹੀ ਹੈ ਨਹੀਂ, ਸਤ ਸੰਗਤ ਉਹਦੇ ਨਾਲ ਪਿਆਰ ਬਣਾਓ। ਉਹਨੇ ਪਤਾ ਨਹੀਂ ਕਿਹਦੇ ਤੇ ਕਿਰਪਾ ਕਰ ਦੇਣੀ, ਜੇ ਸੰਗਤ ਵਿੱਚ ਸਾਡੇ ਅੰਦਰ ਸ਼ਰਧਾ ਬਣ ਗਈ ਨਾ ਤਾਂ ਉਹਨੇ ਪਤਾ ਨਹੀਂ ਸਾਡੇ ਸਾਰੀਆਂ ਭੁੱਖਾਂ ਮੇਟ ਕੇ ਸਾਡੀਆਂ ਝੋਲੀਆਂ ਭਰ ਦੇਣੀਆਂ ਨੇ। ਇੱਥੇ ਆ ਕੇ ਸ਼ਰਧਾ ਬਣਾਇਆ ਕਰੋ ਸੰਗਤ ਵਿੱਚ ਜਦੋਂ ਬੈਠਾ। ਖੈਰ ਆਓ, ਮਹਾਂਪੁਰਖ ਆਪਾਂ ਨੂੰ ਦੱਸ ਰਹੇ ਨੇ ਕਿ ਜੇ ਰੱਬ ਨੂੰ ਮਿਲਣਾ ਹੈ ਤੇ ਮਨ ਤੇਰਾ ਕਿੱਦਾਂ ਦਾ ਬਣਿਆ ਹੋਣਾ ਚਾਹੀਦਾ ਹੈ। ਆਓ ਉਸ ਮਨ ਦੀ ਗੱਲ ਨੂੰ ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਦੱਸਣਾ ਕੀਤਾ ਹੈ। ਮਹਾਂਪੁਰਖ ਸ਼ਬਦ ਆਏ ਆਪਾਂ ਨੇ ਕਿਉਂ ਦੱਸਣ ਦੀ ਗੱਲ ਕਰ ਰਹੇ ਨੇ ਬੜੇ ਪਿਆਰ ਦੱਸ ਰੰਗਾਂ ਵਿੱਚ ਤੈਨੂੰ ਪਰਵਾਹ।